ਜੰਡਿਆਲਾ ਗੁਰੂ ਆਲਮੀ ਚੌਂਕ ਦੇ ਪੁਲਿਸ ਪ੍ਰਸ਼ਾਸਨ ਬੜੇ ਜ਼ੋਰਾਂ 'ਤੇ ਗਸ਼ਤ ਕਰ ਰਹੇ ਨੇ, ਲੋਕਾਂ ਨੂੰ ਘਰੋਂ ਘਰ ਰਹਿਣ ਦੀ ਅਪੀਲ ਕਰ ਰਹੇ ਨੇ। ਅਸੀਂ ਵੇਖ ਸਕਦੇ ਰਹੇ ਜੰਡਿਆਲਾ ਗੁਰੂ ਆਲਮੀ ਚੌਂਕ ਦੀ ਪੁਲਿਸ ਗਸ਼ਤ ਕਰ ਰਹੀ ਹੈ ਅਤੇ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ, ਆਪਣੇ ਆਪਣੇ ਘਰਾਂ 'ਚ ਰਹੋ। ਕਰੋਨਾ ਵਾਇਰਸ ਦਾ ਇੱਕ ਕੱਲ੍ਹ ਪੋਸਟਰ ਪਾਇਆ ਗਿਆ ਸੀ, ਉਹਦੇ ਅੰਗਰੇਜ਼ ਦੀ ਪੁਲਿਸ ਨੇ ਆਪਣੀ ਗਸ਼ਤ ਤੋਂ ਵਧਾ ਦਿੱਤੀ ਹੈ, ਕਰਫਿਊ ਤੇਜ਼ ਕਰਤਾ ਹੈ। ਤੁਸੀਂ ਤਸਵੀਰਾਂ ਦੇਖ ਸਕਦੇ ਹੋ। SPDP ਜੰਡਿਆਲਾ ਗੁਰੂ ਵਿੱਚ ਗਸ਼ਤ ਵਧਾਉਂਦੇ ਹੋਏ ਜ਼ੋਰਾਂ 'ਤੇ ਕਰਫਿਊ ਦਰਮਿਆਨ ਜੋ ਕਿ ਲੋਕ ਬਾਹਰ ਨਾ ਆ ਸਕਣ। ਅਤੇ ਦੇਖ ਸਕਦੇ ਵਾਲਮੀ ਤੋਂ ਉਹਦੀਆਂ ਤਸਵੀਰਾਂ, ਕਿਉਂਕਿ ਬੜੇ ਜ਼ੋਰਾਂ 'ਚ ਗਸ਼ਤ ਵਧਾਉਂਦੇ ਹੋਏ, ਕਿਉਂਕਿ ਜੰਡਿਆਲਾ ਗੁਰੂ ਵਿੱਚ ਪੋਜ਼ਟਿਵ ਇੱਕ ਲੜਕਾ ਪਾਇਆ ਗਿਆ ਸੀ, ਉਹਦੇ ਅੰਗਰੇਜ਼ 'ਤੇ ਜ਼ੋਰਾਂ ਦੇ ਨਾਲ ਪੁਲਿਸ ਕਰਫਿਊ ਅੱਗੇ ਨਾਲ ਜ਼ੋਰਾਂ 'ਤੇ ਚੱਲ ਰਿਹਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਏਕਤਾ ਲਹਿਰ ਦੀ ਟੀਮ ਜਿਹੜੀ ਵਾਲਮੀ ਚੌਂਕ 'ਤੇ ਪਹੁੰਚ ਗਈ ਹੈ, ਕਰ ਦਿੱਤਾ ਗਿਆ ਹੈ। ਔਰ ਕਿਉਂਕਿ ਕੱਲ੍ਹ ਜਿਹੜਾ ਹੈ ਉਹ ਇੱਕ ਇੱਥੋਂ ਦਾ ਪੋਜ਼ੀਟਿਵ ਕਰੋਨਾ ਵਾਇਰਸ ਕੇਸ ਆਇਆ ਸੀਗਾ, ਜਿਸ ਨੂੰ ਅਸੀਂ ਮੱਦੇਨਜ਼ਰ ਰੱਖਦੇ ਜਿਹੜਾ ਕਿ ਟੋਟਲ ਵੈਰੋਵਾਲ ਰੋਡ ਹੈਗਾ ਔਰ ਉਹ ਜਿਹੜਾ ਮੁਹੱਲਾ ਹੈਗਾ ਉਹਨੂੰ ਬਿਲਕੁਲ ਚਾਰੋਂ ਤਰਫ ਪੁਲਿਸ ਦੀ ਨਾਕਾਬੰਦੀ ਕਰਕੇ ਬੈਰੀਗੇਡਿੰਗ ਕਰਕੇ ਉਹਨੂੰ ਬਿਲਕੁਲ ਹੀ ਜਿਹੜਾ ਸੀਲ ਕਰ ਦਿੱਤਾ ਗਿਆ ਔਰ ਆਵਾਜਾਈ ਜਿਹੜੀ ਹੈ ਉਸ ਏਰੀਆ ਦੇ ਵਿੱਚ ਬਿਲਕੁਲ ਹੀ ਬੰਦ ਹੈ। ਈਵਨ ਕਿ ਜਿਹੜੀਆਂ ਕਿ ਅਸੈਂਸ਼ਲ ਦਵਾਈਆਂ ਤੋਂ ਇਲਾਵਾ ਜਿਹੜੀਆਂ ਰਾਸ਼ਨ ਦੀਆਂ ਸੀਗੀਆਂ ਅਸੈਂਸ਼ਲਸ ਜਾਂ ਹੋਰ ਜਿਹੜੀਆਂ ਦੁਕਾਨਾਂ ਸੀ ਸਬਜ਼ੀ ਵਗੈਰਾ ਦੀਆਂ, ਉਹ ਵੀ ਸਾਰੀਆਂ ਅਸੀਂ ਆਵਾਜਾਈ ਜਿਹੜੀ ਹੈ ਫਿਲਹਾਲ ਬੰਦ ਕਰਾ ਦਿੱਤੀ ਗਈ ਹੈ। ਅਪਡੇਟ ਕੀ ਹੈ ਜੀ ਹੁਣ ਤੱਕ ਉਹਨਾਂ ਦੇ ਪਰਿਵਾਰ ਦੀ? ਅਪਡੇਟ ਕੀ ਪਰਿਵਾਰ ਦਾ? ਇਸ ਤਰ੍ਹਾਂ ਹੈ ਕਿ ਉਹਨਾਂ ਦੇ ਜਿਹੜੇ 12 ਮੈਂਬਰ ਸੀਗੇ ਜਿਹੜੇ ਕਿ ਜੁਆਇਨਿੰਗ ਬਿਲਕੁਲ ਉਸ ਘਰ ਦੇ ਵਿੱਚ ਰਹਿ ਰਹੇ ਸੀ ਜੁਆਇੰਟ ਫੈਮਿਲੀ, ਉਹਨਾਂ ਦੇ ਜਿਹੜੇ ਨੇ ਟੈਸਟ ਹੋ ਰਹੇ ਨੇ ਔਰ ਮੇਰੇ ਖਿਆਲ ਨਾਲ ਅੱਜ ਦੁਪਹਿਰ ਤੋਂ ਬਾਅਦ ਜਿਹੜੀ ਉਹਨਾਂ ਦੀ ਰਿਪੋਰਟ ਆ ਜਾਏਗੀ ਤਾਂ ਫਿਰ ਉਸ ਤੋਂ ਪਤਾ ਚੱਲ ਸਕੇਗਾ ਕਿ ਕੀ ਹਾਲਾਤ ਹਨ। ਸਰ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਵੇਲੇ ਚੱਲ ਰਿਹਾ? ਜਿਹੜੇ ਉਹਦੇ ਸੰਪਰਕ ਦੇ ਵਿੱਚ ਜਿਹੜੇ ਬੰਦੇ ਆਏ ਸੀਗੇ ਉਹਨਾਂ ਦੀ ਕੋਈ ਖੋਜਬੀਨ ਹੋ ਸਕੀ? ਬਿਲਕੁਲ ਜੀ, ਹੈਲਥ ਡਿਪਾਰਟਮੈਂਟ ਔਰ ਪੁਲਿਸ ਡਿਪਾਰਟਮੈਂਟ ਮਿਲ ਕੇ ਇਹਦੇ ਉੱਤੇ ਵਰਕ ਕਰ ਰਹੇ ਹਾਂ ਔਰ ਅਸੀਂ ਵੀ ਉਹਦੇ ਬਾਰੇ ਜਿੰਨੇ ਵੀ ਉਹਦੇ ਹਿਸਟਰੀ ਦੇ ਵਿੱਚ ਜੋ ਪਤਾ ਚੱਲਿਆ ਉਹ ਅਸੀਂ ਉਹਨਾਂ ਦੀ ਛਾਣਬੀਨ ਕਰ ਰਹੇ ਹਾਂ ਔਰ ਹੈਲਥ ਡਿਪਾਰਟਮੈਂਟ ਵੀ ਜਿਹੜੇ ਲੋਕਲ ਰੈਜੀਡੈਂਟ ਹੈਗੇ ਆ ਜਿਹੜੇ ਕਿ ਉਹਨਾਂ ਦੇ ਕੰਟੈਕਟ 'ਚ ਆਏ ਸੀ ਉਹਨਾਂ ਨੇ ਟੈਸਟ ਵਗੈਰਾ ਸ਼ੁਰੂ ਕਰ ਦਿੱਤੇ ਨੇ। ਅਤੇ ਜਿਹੜੇ ਫਿਰ ਗੱਲ ਉੱਥੇ ਜਾਂਦੀ ਹੈ ਕਿ ਕਿਹਾ ਜਾਂਦਾ ਕਿ ਜਿਹੜੇ ਵਿਚਾਰੇ ਬੈਠੇ ਨੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਉਹਨਾਂ ਨੂੰ ਤੱਕ ਸਮਾਨ ਕਿਵੇਂ ਪਹੁੰਚੇਗਾ, ਰਾਸ਼ਨ ਕਿਵੇਂ ਕੱਪੜੇ ਕਿਵੇਂ ਪਹੁੰਚੇਗਾ, ਪੁਲਿਸ ਉਹਨਾਂ ਨੂੰ ਕਿਵੇਂ ਦੇਖ ਰਹੀ? ਦੇਖੋ ਜੀ, ਅਸੀਂ ਇਸ ਮਾਮਲੇ ਦੇ ਵਿੱਚ ਸਪਸ਼ਟ ਤੌਰ 'ਤੇ ਅਪੀਲ ਕਰਨਾ ਚਾਹੁੰਦੇ ਹਾਂ ਜੰਡਿਆਲਾ ਗੁਰੂ ਦੇ ਵਾਸੀਆਂ ਨੂੰ ਕਿ ਬਿਲਕੁਲ ਘਰਾਂ ਦੇ ਵਿੱਚ ਹੀ ਰਹਿਣ, ਬਾਹਰ ਨਾ ਆਉਣ ਔਰ ਜਿਹੜੀਆਂ ਕਿ ਜ਼ਰੂਰੀ ਸਮਾਨ ਦੀਆਂ ਵਸਤਾਂ ਨੇ ਔਰ ਅਸੈਂਸ਼ਲ ਨੇ, ਮੈਡੀਸਨਸ ਨੇ, ਕੋਈ ਵੀ ਹੈ ਉਹ ਅਸੀਂ ਆਲਰੇਡੀ ਜਿਹੜੇ ਨੰਬਰ ਸਾਰਜਨਿਕ ਕੀਤੇ ਹੋਏ ਨੇ ਵਟਸਐਪ ਗਰੁੱਪਾਂ 'ਤੇ ਉਹ ਕਾਇੰਡਲੀ ਉਸ ਨੰਬਰ 'ਤੇ ਕਾਲ ਕਰਕੇ ਸਾਡੇ ਕੋਲੋਂ ਅਸੀਂ ਜਿਹੜਾ ਹੈਗਾ ਉਹ ਡੋਰ ਟੂ ਡੋਰ ਜਿਹੜੀ ਆ ਹੋਮ ਡਿਲੀਵਰੀ ਪਹੁੰਚਾਵਾਂਗੇ ਹਰ ਹੱਦ ਤੱਕ। ਔਰ ਕੁਛ ਜਿਹੜੇ ਸਾਨੂੰ ਵਲੰਟੀਅਰਸ ਅਸੀਂ ਸਿਲੈਕਟ ਕੀਤੇ ਸੀ ਉਸ ਵਲੰਟੀਅਰ ਦੀ ਅਗਰ ਸਾਨੂੰ ਜ਼ਰੂਰਤ ਪਏਗੀ ਤਾਂ ਅਸੀਂ ਉਹਨਾਂ ਦੇ ਥਰੂ ਉਹਨਾਂ ਨੂੰ ਜ਼ਰੂਰ ਘਰ ਤੱਕ ਚੀਜ਼ਾਂ ਜਿਹੜੀਆਂ ਪਹੁੰਚਾਵਾਂਗੇ। ਲੇਕਿਨ ਇਹ ਸਾਡੀ ਬੇਨਤੀ ਹੈ ਕਿ ਬਿਲਕੁਲ ਹੀ ਘਰ ਦੇ ਬਾਹਰ ਨਾ ਆਓ ਕਿਉਂਕਿ ਇਹ ਆਲਰੇਡੀ ਜਿਹੜਾ ਹੈਗਾ ਮਹਾਂਮਾਰੀ ਦਾ ਪ੍ਰਕੋਪ ਜਿਹੜਾ ਹੈਗਾ ਇਸ ਜੰਡਿਆਲਾ ਵਿਖੇ ਟਾਊਨ ਵਿਖੇ ਆ ਚੁੱਕਾ ਹੈ ਤਾਂ ਅਸੀਂ ਵਾਰ ਵਾਰ